ਅੱਜ ਜੀਵਨਵਾਲ ਬੱਬਰੀ ਦਾ ਪੁੱਲ ਵਾ, ਪੁੱਲ ਦੇ ਉੱਤੇ ਟਰੱਕ ਖਲੋਤਾ ਜਿਹੜਾ ਤੁਹਾਡੇ ਸਾਹਮਣੇ ਆ 8509, ਅਤੇ ਇੱਧਰੋਂ ਅੰਮ੍ਰਿਤਸਰ ਵੱਲੋਂ ਇੱਕ ਮੋਟਰਸਾਈਕਲ 'ਤੇ ਭਾਈ ਸਾਹਿਬ ਆਏ ਨੇ, ਅਤੇ ਉਹ ਮੋਟਰਸਾਈਕਲ ਉਹਨਾਂ ਬੜੀ ਉਹਨਾਂ ਕੋਲ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਇਆ, ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਅਤੇ ਉਹਨਾਂ ਦੀ ਡੈਥ ਹੋ ਗਈ ਜੇ, ਬਾਬੇ ਬਕਾਲੇ ਦਾ ਭਾਈ ਸਾਹਿਬ ਨੇ ਉਹ। ਨਹੀਂ ਇਹ ਪੁਲਿਸ ਵਾਲੇ ਆਏ ਨੇ, ਪੁਲਿਸ ਵਾਲੇ ਆਏ ਨੇ, ਉਦੋਂ ਦੇ ਪੁਲਿਸ ਵਾਲੇ ਖਲੋਤੇ ਆ ਇੱਥੇ, ਸਿਵਲ ਬੋਡੀ ਲੈ ਗਏ ਆ, ਬੋਡੀ ਲੈ ਗਏ ਸਿਵਲ ਪੁਲਿਸ ਹੋਸਪਿਟਲ ਲੈ ਗਏ ਆ। 3 ਵਜੇ ਦੀ ਗੱਲ ਆ, ਐਕਸੀਡੈਂਟ ਤੋਂ ਪਹਿਲੇ ਖਲੋਤਾ ਹੋਏਗਾ ਤਾਂ ਹੀ 3 ਵਜੇ ਐਕਸੀਡੈਂਟ ਹੋਇਆ ਜੀ ਅੰਦਾਜ਼ਨ। ਇਹ ਮੇਰਾ ਨਾਂ ਕਸ਼ਮੀਰ ਸਿੰਘ, ਮੈਂ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋਲ ਰਿਹਾ। ਇਹ ਆਪਣਾ ਸੁਰੱਖਿਆ ਵਾਲੇ ਆਪਣੀਆਂ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ, ਉਹਨਾਂ ਨੇ ਕਿਹਾ ਵੀ ਇਹ ਬੱਬਰੀ ਪੁੱਲ ਦੇ ਉੱਤੇ ਐਕਸੀਡੈਂਟ ਹੋ ਗਿਆ, ਜਦਕਿ ਮੈਂ ਅਤੇ ਐਸ ਆਈ ਤਿਲਕ ਰਾਜ ਜੀ ਅਸੀਂ ਮੌਕੇ 'ਤੇ ਆਏ ਹਾਂ। ਆਣ ਕੇ ਅਸੀਂ ਦੇਖਿਆ ਵੀ ਗੱਡੀ ਇੱਕ ਟਿੱਪਰ ਖੜ੍ਹੀ ਹੈ ਰੇਤ ਵਾਲੀ, ਉਹਦੇ ਪਿਛਲੀ ਸਾਈਡ ਦੇ ਬੈਕ ਸਾਈਡ 'ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ, ਅਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਆਉਂਦੇ ਨੂੰ ਉਹ ਡੈੱਡ ਹੋ ਗਏ ਸੀ, ਖਤਮ ਹੋ ਗਏ ਸੀ ਹੀ ਐਕਸੀਡੈਂਟ ਵਾਲੇ, ਅਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ। ਅਸੀਂ ਆਣ ਕੇ ਕਾਰਵਾਈ ਕੀਤੀ ਆ, ਅਸੀਂ ਇੱਕ ਗੱਡੀ ਰੱਖ ਕੇ ਉਹਨਾਂ ਨੂੰ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਜੀ।